ਜਦੋਂ ਦੇਸ਼ 'ਚ ਕੁਝ ਵਾਪਰਦਾ ਹੈ ਤਾਂ ਸਿਆਸਤ ਪੱਬਾਂ ਭਾਰ ਹੋ ਜਾਂਦੀ ਹੈ। ਰਾਜਨੀਤਿਕ ਲੀਡਰਾਂ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ ਤੇ ਉੱਥੇ ਮੌਜੂਦਾ ਸਰਕਾਰ ਤੇ ਕਾਰਵਾਈ ਨੂੰ ਲੈ ਕੇ ਨਿਸ਼ਾਨੇ ਵੀ ਸਾਧੇ ਜਾਂਦੇ ਨੇ। ਬਟਾਲਾ ਦੀ ਪਟਾਕਾ ਫੈਕਟਰੀ 'ਚ ਬੰਬ ਧਮਾਕਾ ਹੋਇਆ ਜਿਸ 'ਚ ਕਈਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਮੌਕੇ ਕਈ ਰਾਜਨੀਤਿਕ ਪਾਰਟੀਆਂ ਮੌਕੇ ਤੇ ਪਹੁੰਚੀਆਂ ਜਿੱਥੇ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਜਾ ਰਹੇ ਨੇ। ਅਜਿਹਾ ਹੀ ਮਲੋਟ 'ਚ ਦੇਖਣ ਨੂੰ ਮਿਲਿਆ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਲਾਕ ਸਮਿਤੀ ਦੀਆਂ ਚੋਣਾਂ ਰੱਦ ਹੋਣ ਤੇ ਪਹੁੰਚੇ ਨੇ। ਇੱਥੇ ਉਹਨਾਂ ਵੱਲੋਂ ਬਟਾਲਾ 'ਚ ਹੋਏ ਧਮਾਕੇ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਤੇ ਕਿਹਾ ਕਿ ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਬਹੁਤ ਦਰਦਨਾਕ ਨਹੀਂ। ਅਸਲ ਜਿਹੜੇ ਪਤਾ ਇਹ ਲਾਜ ਵਗੈਰਾ ਹਨ, ਪਟਾਕੇ ਬਣਾਉਣੇ, ਕਿਦੋਂ ਦਿਵਾਲੀ ਹੈ ਹੁਣ ਇੰਨੇ ਪਟਾਕੇ ਬਣਾਏ ਜਾਂਦੇ ਹੈ। ਪਹਿਲਾਂ ਸੋਚਣਾ ਹੀ ਚਾਹੀਦਾ ਨਾ ਕਿ ਇੰਨਾ ਸਟਾਕ ਜੇ ਹੋਏਗਾ, ਜੇ ਉਹਦੀ ਛੋਟਾ ਕਣਕ ਲੱਗ ਗਈ ਤਾਂ ਇਹਦਾ ਕੀ ਅਸਰ ਹੋਏਗਾ। ਸੇਫਟੀ ਮੇਜਰਸ ਲੈਣੇ ਚਾਹੀਦੇ ਹੈ ਜਿਹੜੇ ਕਿ ਨਹੀਂ ਲਏ ਗਏ, ਕਿਸੇ ਨੇ ਸੋਚਿਆ ਹੀ ਨਹੀਂ। ਦਰਅਸਲ ਤਾਂ ਜੀ ਅੱਜ ਪੰਜਾਬ 'ਚ ਕੋਈ ਸਰਕਾਰ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ। ਮੈਂ ਹੁਣ ਇਹ ਸੁਲਤਾਨਪੁਰ ਲੋਧੀ ਤੋਂ ਸਿੱਧਾ ਹੀ ਆ ਰਿਹਾ। ਇੱਥੇ ਰਸਤੇ 'ਚ ਮੇਰਾ ਖਿਆਲ ਹੈ ਹਜ਼ਾਰ ਹਾ ਏਕੜ ਜ਼ਮੀਨ ਬਰਬਾਦ ਹੋ ਗਈ। ਰਾਜ ਬੰਦਾਂ ਨੂੰ ਮਿਲਦੇ ਵੀ ਗਏ ਆ, ਕਿਸੇ ਦਾ ਕੋਈ ਪੁੱਛਦਾ ਹੀ ਕੋਈ ਨਹੀਂ। ਇੰਨਾ ਭਾਰੀ ਨੁਕਸਾਨ ਨਹੀਂ ਤਾਂ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਜਿੱਥੇ ਨੁਕਸਾਨ ਹੋਵੇ ਉੱਥੇ ਦੇ ਨੁਕਸਾਨ ਦੀ ਭਰਾਈ ਕੀਤੀ ਜਾਵੇ ਔਰ ਉਹਦੀ ਮਦਦ ਕੀਤੀ ਜਾਵੇ। ਕਾਕਾ ਅਸਲ ਹੈ ਕਿ ਮੌਤ ਦਾ ਕੋਈ ਮੁਆਵਜ਼ਾ ਤਾਂ ਹੁੰਦਾ ਨਹੀਂ। ਜਿਹੜਾ ਬੰਦਾ ਚਲਾ ਜਾਂਦਾ ਹੈ ਉਹਦੇ ਪਰਿਵਾਰ 'ਤੇ ਕੀ ਇਫੈਕਟ ਪੈਂਦਾ ਹੈ, ਮੈਂਟਲੀ ਮੋਨੀਟਰਲੀ, ਇਹ ਉਹ ਪਰਿਵਾਰ ਹੀ ਦੱਸ ਸਕਦਾ। ਆਪਾਂ ਨੂੰ ਤਾਂ ਪਤਾ ਜਿਹਦੇ ਨਾਲ ਗੁਜ਼ਰਦੀ ਹੈ ਕੀ ਉਹਦੇ 'ਚ ਹੁੰਦਾ। ਲੇਕਿਨ ਗੌਰਮੈਂਟ ਨੂੰ ਇਹ ਚਾਹੀਦਾ ਹੈ ਕਿ ਇਹਨਾਂ ਪਰਿਵਾਰਾਂ ਨੂੰ ਫੁੱਲੀ ਸੈਟਿਸਫਾਈ ਕੀਤਾ ਜਾਵੇ। ਸਰਕਾਰ ਨੂੰ ਕੀ ਫਰਕ ਪੈਂਦਾ ਜੀ, ਜੇ ਵੱਧ ਤੋਂ ਵੱਧ ਨੌਕਰੀਆਂ ਦਿੱਤੀਆਂ ਜਾਣ, ਪੈਸੇ ਵੀ ਦਿੱਤੇ ਜਾਣ ਤਾਂ ਕਿ ਉਹਨਾਂ ਨੂੰ ਥੋੜ੍ਹਾ ਬਹੁਤ ਸ਼ਾਂਤੀ ਮਿਲੇ, ਥੋੜ੍ਹਾ ਬਹੁਤ ਉਹਨਾਂ ਨੂੰ ਦਿਮਾਗ 'ਚ ਠੰਡ। ਪੰਜਾਬ 'ਚ ਅਜਿਹੇ ਮੁੱਦਿਆਂ 'ਤੇ ਸਿਆਸਤ ਹੁੰਦੀ ਦੇਖੀ ਜਾ ਸਕਦੀ ਹੈ। 2.5 ਵਰੇ ਪਹਿਲਾਂ ਅਕਾਲੀ ਦਲ ਸਰਕਾਰ ਵੇਲੇ ਵੀ ਮੋੜ ਮੰਡੀ ਧਮਾਕਾ ਹੋਇਆ ਸੀ ਜਿਸ 'ਚ 27 ਦੇ ਕਰੀਬ ਲੋਕ ਜ਼ਖਮੀ ਤੇ 7 ਦੀ ਮੌਤ ਹੋਈ ਸੀ। ਉਹਨਾਂ ਨਿਰਦੋਸ਼ਾਂ ਦੀ ਸਾਰ ਅਜੇ ਤੱਕ ਕਿਸੇ ਵੱਲੋਂ ਨਹੀਂ ਲਈ ਗਈ ਬਲਕਿ ਸਿਆਸਤ ਹੀ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।